ਅਸਲਾਮ ਅਲੈਕੁਮ ਸਭ ਦੋਸਤਾਂ ਨੂੰ। ਲਓ ਜੀ, ਨੈਕਸਟ ਵਲੋਗ ਪਾਰਟ ਨੰਬਰ 2 ਚਾਰਾ ਕਾਸ਼ਤ ਕਰ ਰਹੇ ਹਾਂ। ਅਤੇ ਹੁਣ ਅਸੀਂ ਇਸ ਵੀਡੀਓ 'ਚ ਹਲ ਸੁਹਾਗਾ ਤਾਂ ਕਿ ਗਰਮੀ ਬਹੁਤ ਆ ਇਸ ਕਰਕੇ, ਅਤੇ ਜ਼ਮੀਨ ਜਿਹੜੀ ਉਹ ਖੁਸ਼ਕ ਜਲਦੀ ਹੋ ਜਾਂਦੀ ਆ, ਅਤੇ ਫਸਲ ਜਿਹੜੀ ਮਤਲਬ ਅਸੀਂ ਚਾਰਾ ਬੀਜ ਰਹੇ ਹਾਂ, ਕਾਸ਼ਤ ਕਰ ਰਹੇ ਹਾਂ, ਜਰਮੀਨੇਸ਼ਨ ਉਹਦੀ ਹੋ ਜਾਵੇ ਅੱਛੀ ਤਰ੍ਹਾਂ ਸੇ, ਇਸ ਕਰਕੇ ਸੁਹਾਗਾ ਦੇ ਰਹੇ ਹਾਂ। ਉੱਥੋਂ ਜ਼ਮੀਨ ਬੰਦ ਕਰ ਰਹੇ ਹਾਂ ਤਾਂ ਕਿ ਵੱਤਰ ਜਿਹੜਾ ਉਹ ਜ਼ਾਇਆ ਨਾ ਹੋਵੇ, ਖੁਸ਼ਕ ਨਾ ਹੋਵੇ ਜਲਦੀ ਜ਼ਮੀਨ। ਠੀਕ ਹੈ, ਠੀਕ ਹੈ, ਮਵੈਸ਼ੀਆਂ ਵਾਸਤੇ ਅਸੀਂ ਚਾਰਾ ਕਾਸ਼ਤ ਕਰ ਲਏ ਹਾਂ। ਠੀਕ ਹੈ ਜੀ, ਪਹਿਲੇ ਹਲ ਚਲਾਇਆ, ਉੱਤੋਂ ਬੀਜ ਸੱਟਾ ਦੇ ਕੇ ਅਸੀਂ ਜਿਹੜਾ ਚਰੀ ਦਾ ਬੀਜ ਅਤੇ ਮਕਈ ਬਾਜਰਾ ਮਿਕਸ ਕਰਕੇ ਅਤੇ ਬੀਜ ਅਪਲਾਈ ਕੀਤਾ। ਉਹਦੇ ਤੋਂ ਬਾਅਦ ਅਸੀਂ ਹੁਣ ਇਹ ਹਲ ਸੁਹਾਗਾ ਕਰ ਰਹੇ ਹਾਂ, ਅਪਲਾਈ ਕਰ ਰਹੇ ਹਾਂ ਤਾਂ ਕਿ ਵੱਤਰ ਜਿਹੜਾ ਇਹਦਾ ਉਹ ਜ਼ਾਇਆ ਨਾ ਹੋਵੇ, ਜਰਮੀਨੇਸ਼ਨ ਅੱਛੀ ਤਰ੍ਹਾਂ ਹੋ ਜਾਵੇ, ਫਸਲ ਜਿਹੜੀ ਆ ਉੱਗ ਪਵੇ ਜਲਦੀ। ਠੀਕ ਹੈ ਜੀ, ਔਰ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਨਾ, ਬਹੁਤ ਬਹੁਤ ਸ਼ੁਕਰੀਆ ਹੋਏਗਾ ਸਭ ਦੋਸਤਾਂ ਦਾ। ਠੀਕ ਹੈ, ਨਵੀਆਂ ਨਵੀਆਂ ਵੀਡੀਓ ਔਰ ਨਵੀਆਂ ਨਵੀਆਂ ਜਗ੍ਹਾ, ਨਵੇਂ ਨਵੇਂ ਪਲੇਸ, ਨਵੇਂ ਨਵੇਂ ਥਾਂ ਦੀ, ਸ਼ਹਿਰਾਂ ਦੀ, ਉਹਦੇ ਦੀ ਮਤਲਬ ਏਰੀਏ ਦੀ ਨਵੀਆਂ ਨਵੀਆਂ ਚੀਜ਼ਾਂ ਲੈ ਕੇ ਨੈਕਸਟ ਅਸੀਂ ਆ ਰਹੇ ਹਾਂ ਇਨਸ਼ਾਅੱਲਾ, ਤੁਹਾਡੇ ਦੋਸਤਾਂ ਲਈ ਐਫਰਟ ਕਰ ਰਹੇ ਹਾਂ। ਔਰ ਪਲੀਜ਼ ਤੁਸੀਂ ਸਾਨੂੰ ਲਾਈਕ ਕਰਿਆ ਕਰੋ, ਸ਼ੇਅਰ ਕਰਿਆ ਕਰੋ, ਤਾਂ ਕਿ ਸਾਡਾ ਹੌਸਲਾ ਵਧੇ, ਅਸੀਂ ਉਸ ਚੀਜ਼ ਨੂੰ ਹੋਰ ਅਸੀਂ ਮਤਲਬ ਕੋਸ਼ਿਸ਼ ਕਰੀਏ, ਅਸੀਂ ਅੱਗੇ ਵਧਣ ਦੀ ਕੋਸ਼ਿਸ਼ ਕਰੀਏ। ਠੀਕ ਹੈ, ਤੁਹਾਡੇ ਦੋਸਤਾਂ ਦੀ ਹਲਾਸ਼ੇਰੀ ਨਾਲ, ਹੈਲਪ ਨਾਲ ਹੀ ਅਸੀਂ ਵਧਣਾ। ਠੀਕ ਹੈ, ਅਤੇ ਬਾਕੀ ਜਿਹੜੇ ਮੇਰੇ ਦੋਸਤ ਨੂੰ, ਭਰਾ ਨੂੰ, ਵੀਰ ਨੂੰ ਕਿਸੇ ਬਾਰੇ, ਕੋਈ ਫਸਲ ਦੇ ਬਾਰੇ, ਕਿਸੇ ਚੀਜ਼ ਦੇ ਬਾਰੇ, ਮਤਲਬ ਜ਼ਿਮੀਦਾਰੇ ਦੇ ਬਾਰੇ, ਕਿਸਾਨ ਦੇ ਬਾਰੇ ਕੋਈ ਚੀਜ਼, ਕੁਛ ਮਾਲੂਮਾਤ ਚਾਹੀਦੀ ਆ, ਉਹ ਨੀਚੇ ਕਮੈਂਟ ਕਰ ਸਕਦੇ ਆ। ਔਰ ਜਾਂ ਕਿਸੇ ਏਰੀਏ ਦੀ, ਕਿਸੇ ਜਗ੍ਹਾ ਦੀ, ਕਿਸੇ ਚੀਜ਼ ਦੀ, ਕਿਸੇ ਫਸਲ ਦੀ, ਜਾਂ ਕਿਸੇ ਵੀ ਕਿਸਮ ਦੀ ਕੋਈ ਵੀਡੀਓ ਚਾਹੀਦੀ ਆ, ਉਹਨਾਂ ਨੂੰ ਪਸੰਦ ਕਰਦੇ ਨੇ ਤਾਂ ਸਾਨੂੰ ਥੱਲੇ ਕਮੈਂਟ 'ਚ ਲਿਖਣ ਕਿ ਇਹ ਚੀਜ਼ ਚਾਹੀਦੀ ਹੈ ਸਾਨੂੰ, ਇਸ ਤਰ੍ਹਾਂ 'ਤੇ ਵੀਡੀਓ ਬਣਾਇਆ ਕਰੋ, ਜਾਂ ਇਹ ਚੀਜ਼ ਅੱਛੀ ਆ, ਇਹ ਮਾੜੀ ਆ, ਕਿਉਂਕਿ ਸਾਨੂੰ ਤੁਸੀਂ ਕਮਿਊਨਿਟੀ ਨੇ ਗਾਈਡ ਕਰਨਾ ਵਾ। ਅਸੀਂ ਆਪਣੇ ਤੌਰ 'ਤੇ ਬਣਾ ਰਹੇ ਹਾਂ, ਲੇਕਿਨ ਤੁਸੀਂ ਦੱਸੋਗੇ ਤਾਂ ਸਾਨੂੰ ਹੋਰ ਐਪਰੀਸ਼ੀਏਟ ਹੋਵਾਂਗੇ, ਅਸੀਂ ਹੋਰ ਕੋਸ਼ਿਸ਼ ਕਰਾਂਗੇ ਅੱਛੀ ਵੀਡੀਓ ਬਣਾਉਣ ਦੀ। ਨਵੀਂ ਨਵੀਂ ਜਗ੍ਹਾ ਜਾਣ ਦੀ, ਠੀਕ ਹੈ, ਜਿਹੜੀ ਕੋਈ ਚੀਜ਼ ਵਿੱਚ ਮਿਸ ਹੁੰਦੀ ਆ ਉਹ ਪਲੀਜ਼ ਤੁਸੀਂ ਆਡੀਅੰਸ, ਤੁਸੀਂ ਗਾਈਡ ਕਰਨੀ ਹੈ। ਠੀਕ ਹੈ, ਸਭ ਮੇਰੇ ਭੈਣਾਂ ਭਰਾਵਾਂ ਨੇ, ਅਤੇ ਤਾਂ ਕਿ ਅਸੀਂ ਉਹਨੂੰ ਬਿਹਤਰ ਤੋਂ ਬਿਹਤਰੀਨ ਦੀ ਤਰਫ ਲੈ ਕੇ ਜਾਈਏ। ਬਾਕੀ ਇਹ ਜੀ ਮੁਕੰਮਲ ਹੋ ਗਿਆ ਤਕਰੀਬਨ, ਚਰੀ ਅਸੀਂ ਕਾਸ਼ਤ ਕਰ ਦਿੱਤੀ ਹੈ, ਬਾਜਰਾ ਡੰਗਰਾਂ ਲਈ ਮਤਲਬ ਮਵੈਸ਼ੀਆਂ ਲਈ ਚਾਰਾ ਕਾਸ਼ਤ ਕਰ ਦਿੱਤਾ ਅਸੀਂ, ਅਤੇ ਨੈਕਸਟ ਪ੍ਰੋਸੀਜਰ ਜਦੋਂ ਇਹ ਜਰਮੀਨੇਸ਼ਨ ਲੈ ਲਏਗੀ ਉਸ ਤੋਂ ਬਾਅਦ ਅਸੀਂ ਉਹਦੀ ਵੀਡੀਓ ਪਾਵਾਂਗੇ, ਕਿੰਨੇ ਦਿਨ ਤੋਂ ਬਾਅਦ ਇਹ ਜ਼ਮੀਨ ਤੋਂ ਬਾਹਰ ਆਉਂਦੀ ਹੈ, ਇਹਦਾ ਪੌਦਾ ਨਿਕਲਦਾ ਹੈ, ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਕਿ ਕਿੰਨਾ ਟਾਈਮ ਲੈਂਦੀ ਹੈ ਇਸ ਮੌਸਮ 'ਚ, ਕਿਉਂਕਿ ਬਹੁਤ ਹੀਟ ਵੇਵ ਆ ਪੰਜਾਬ 'ਚ, ਪਾਕਿਸਤਾਨ 'ਚ ਇਸ ਟਾਈਮ ਬਹੁਤ ਗਰਮੀ ਹੈ, 49 ਤੱਕ ਜਾ ਰਿਹਾ ਟੈਂਪਰੇਚਰ, 48-49,
ਪੰਜਾਬ ਦੇ ਵਿੱਚ ਫੈਸਲਾਬਾਦ 'ਚ, ਠੀਕ ਹੈ। ਸਾਡਾ ਏਰੀਆ ਜਿਹੜਾ ਹੈ ਚੱਕ ਨੰਬਰ 276 RB ਗੋਖੂਵਾਲ, ਤਹਿਸੀਲ ਵ ਜ਼ਿਲ੍ਹਾ ਫੈਸਲਾਬਾਦ। ਜਿਹੜੇ ਬੰਦੇ ਨੂੰ ਜਿੱਦਾਂ ਦੀ ਵੀਡੀਓ ਚਾਹੀਦੀ ਆ, ਕਿਸੇ ਵੀ ਦੋਸਤ ਨੂੰ, ਭਰਾ ਨੂੰ, ਭੈਣ ਨੂੰ, ਉਹ ਥੱਲੇ ਕਮੈਂਟ ਕਰ ਸਕਦਾ ਹੈ ਕਿ ਸਰ ਜੀ ਇੱਦਾਂ ਦੀ ਵੀਡੀਓ ਚਾਹੀਦੀ ਹੈ, ਭਾਈ ਇੱਦਾਂ ਦੀ ਵੀਡੀਓ ਚਾਹੀਦੀ ਹੈ, ਇਹ ਚੀਜ਼ ਅਸੀਂ ਪਸੰਦ ਕਰਦੇ ਹਾਂ, ਜਾਂ ਕੋਈ ਕਮੀ ਕੁਤਾਈ ਇਹਦੇ ਵਿੱਚ ਹੈ ਤਾਂ ਉਹ ਤੁਸੀਂ ਸ਼ੇਅਰ ਕਰੋ ਕਮੈਂਟ ਦੇ ਜ਼ਰੀਏ। ਅਸੀਂ ਉਹਦੇ 'ਤੇ ਪੂਰਾ ਗੌਰ ਕਰਾਂਗੇ, ਉਸ ਚੀਜ਼ ਨੂੰ ਅਸੀਂ ਕਵਰ ਕਰਾਂਗੇ, ਉਸ ਚੀਜ਼ ਨੂੰ ਬਿਹਤਰ ਕਰਾਂਗੇ ਅਸੀਂ ਤੁਹਾਡੇ ਭੈਣਾਂ ਭਾਈਆਂ ਵਾਸਤੇ ਇਨਸ਼ਾਅੱਲਾ। ਅਤੇ ਲਾਈਕ ਕਰੋ, ਇਹਨੂੰ ਸ਼ੇਅਰ ਕਰੋ, ਸਬਸਕ੍ਰਾਈਬ ਕਰੋ, ਕਿਉਂਕਿ ਤੁਸੀਂ ਮਦਦ ਕਰਨੀ ਆ, ਤੁਸੀਂ ਸਾਨੂੰ ਸਪੋਰਟ ਕਰਨੀ ਆ ਅਤੇ ਅਸੀਂ ਅੱਗੇ ਵਧਣਾ, ਠੀਕ ਹੈ ਜੀ। ਇਸ ਵੀਡੀਓ ਦਾ ਇੱਥੇ ਹੀ ਐਂਡ ਕਰਦੇ ਹਾਂ। ਅੱਲਾ ਦੀ ਅਮਾਨ। ਇਨਸ਼ਾਅੱਲਾ ਆਪਣੀ ਸਿਹਤ ਦਾ ਖਿਆਲ ਰੱਖਣਾ, ਗਰਮੀ ਹੈ, ਪਾਣੀ ਛਾਣੀ ਪੀਂਦੇ ਰਹੋ, ਸਿਹਤ ਵ ਤੰਦਰੁਸਤੀ ਰੱਖੇ ਅੱਲਾ ਤੁਹਾਡੀ, ਅਤੇ ਜੁੜੇ ਰਹੋ ਸਾਡੇ ਚੈਨਲ ਨਾਲ, ਠੀਕ ਹੈ। ਦੁਆਵਾਂ 'ਚ ਯਾਦ ਰੱਖਣਾ, ਅਸੀਂ ਵੀ ਸਭ ਭਾਈਆਂ ਨੂੰ ਭੈਣਾਂ ਨੂੰ ਦੁਆਵਾਂ 'ਚ ਯਾਦ ਰੱਖਦੇ ਹਾਂ, ਅਤੇ ਅੱਲਾ ਸਭ ਦੀ, ਸਾਡੀ ਵੀ ਤੁਹਾਡੀ ਵੀ ਲੰਬੀ ਜ਼ਿੰਦਗੀ ਸਿਹਤ ਤੰਦਰੁਸਤੀ ਦੇ। ਓਕੇ, ਅੱਲਾ ਹਾਫਿਜ਼।